ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਅੱਜ ਅਨੁਪੂਰਕ ਮੰਗਾਂ ਦਾ 3 ਮਹੀਨੇ ਲਈ ਜਿਹੜਾ ਹੈਗਾ ਐਸਟੀਮੇਟ ਪੇਸ਼ ਕੀਤਾ ਹੈਗਾ ਅਤੇ 3 ਮਹੀਨੇ ਦਾ ਕੰਮ ਕਾਜ 3 ਮਹੀਨੇ ਦੇ ਖਰਚੇ ਕਿਵੇਂ ਚੱਲਣਗੇ ਉੱਧਰ ਹੀ ਅਸੀਂ ਪੇਸ਼ ਕਰਕੇ ਆਏਗੇ, ਵੋਟਾਂ ਨੂੰ ਕਾਊਂਟ ਹੋਇਆਗਾ। ਸੋ ਸਾਰੀ ਵਿਧਾਨ ਸਭਾ ਨੇ ਸਰਬਸੰਮਤੀ ਦੇ ਨਾਲ ਪਾਸ ਕੀਤਾ ਹੈਗਾ ਔਰ 3 ਮਹੀਨਿਆਂ ਬਾਅਦ ਪੰਜਾਬ ਦਾ ਬਜਟ ਜਿਹੜਾ ਹੈਗਾ ਰੈਗੂਲਰ ਬਜਟ ਜਿਹੜਾ ਹੈਗਾ ਉਹ ਪੇਸ਼ ਕਰਾਂਗੇ ਔਰ ਜਿੰਨੀਆਂ ਗਰੰਟੀਆਂ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਨੇ ਔਰ ਪੰਜਾਬ ਦੇ ਪ੍ਰਧਾਨ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤੀਆਂ ਨੇਗੀਆਂ, ਆਮ ਆਦਮੀ ਪਾਰਟੀ ਦਿੱਤੀਆਂ ਨੇਗੀਆਂ, ਉਹਨਾਂ ਸਾਰੀਆਂ ਗਰੰਟੀਆਂ 'ਤੇ ਅਸੀਂ  100% ਕੰਮ ਕਰਾਂਗੇ। ਅਤੇ ਦੇਖਦੇ ਹੋ ਕਿ ਕਿਉਂਕਿ ਉਮੂਮਨ ਤੌਰ 'ਤੇ ਕਿਹਾ ਜਾਂਦਾ ਕਿ ਜਾਂਦੀ ਸਰਕਾਰ ਖਾਸਾ ਬੋਝ ਦੇ ਜਾਂਦੀ ਹੈ, ਚਲੋ ਹਾਲਾਂਕਿ ਹਜੇ ਤਾਂ ਤੁਸੀਂ ਸਮਝਣ ਨੂੰ ਥੋੜ੍ਹੇ ਜਿਹੇ ਦਿਨ ਲੱਗਣਗੇ ਹੋਰ, ਪਰ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਸਭ 'ਚ ਪਿਆ ਹੋਣਾ ਕਿਉਂਕਿ ਬਜਟ ਪੇਸ਼ ਕਰਿਆ ਹੀ ਆ ਤੁਸੀਂ ਇੱਕ ਛੋਟਾ ਜਿਹਾ ਹੀ, ਅਤੇ ਲੱਗਿਆ ਕਿ ਇਹ ਸਰਕਾਰ ਕਰਕੇ ਗਈ ਹੈ ਜਾਂ ਨਹੀਂ ਕਰਕੇ ਗਈ? ਦੇਖੋ ਮੇਰੀ ਮੀਟਿੰਗ ਜਿਹੜੀ ਹੈਗੀ ਆ ਉਹ ਸ਼ਾਮ ਨੂੰ ਸਾਰੇ ਆਫਿਸਰ ਸਾਹਿਬਾਨ ਦੇ ਨਾਲ ਹੋਣੀ ਆ ਔਰ ਉਸ ਬਾਅਦ ਸਾਰੇ ਅੰਕੜੇ ਦੇਖਾਂਗੇ ਕੀ ਉਹਦੇ ਵਿੱਚ ਹੋਇਆ ਗਾ ਕੀ ਨਹੀਂ ਹੋਇਆ, ਉਹ ਤੋਂ ਬਾਅਦ ਬਰੀਫ ਕਰਾਂਗੇ। ਪਰ ਲੇਕਿਨ ਅੱਜ ਮੈਂ ਸਮੂਹ ਪੰਜਾਬੀਆਂ ਨੂੰ ਸਮੂਹ ਪੰਜਾਬ ਦੇ ਲੋਕਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਗਾ ਕਿ ਜਿੰਨੇ ਮੈਂਡੇਟ ਦੇ ਨਾਲ ਜਿੰਨੇ ਭਾਰੀ ਬਹੁਮਤ ਦੇ ਨਾਲ ਸਾਨੂੰ ਚੁਣ ਕੇ ਭੇਜਿਆ ਸੀਗਾ, ਅਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀਆਂ ਜਿਹੜੀ ਪ੍ਰਤਿਮਾ ਉਹਨਾਂ ਦੀਆਂ ਮੂਰਤੀਆਂ ਨੇਗੀਆਂ ਬੁੱਤ ਨੇਗੇ ਉਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਨਾਊਂਸ ਕੀਤਾ ਗਾ ਲਾਵਾਂਗੇ ਔਰ ਸਾਡੀ ਸੋਚ ਜਿਹੜੀ ਆ ਉਹਨਾਂ ਨੂੰ ਸਮਰਪਿਤ ਆ, ਸ਼ਹੀਦ ਆਜ਼ਮ ਭਗਤ ਸਿੰਘ ਨੂੰ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੂੰ, ਉਹਨਾਂ ਦੀ ਜਿਹੜੀ ਮੂਰਤੀਆਂ ਨੇਗੀਆਂ ਉਹ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਲੱਗਣਗੀਆਂ। ਸੋ ਮੈਂ ਸਮਝਦਾ ਅੱਜ ਪੰਜਾਬ ਦੇ ਲੋਕਾਂ ਨੂੰ ਅਸਲੀ ਆਜ਼ਾਦੀ ਦਾ ਜਿਹੜਾ ਹੈਗਾ ਅਸਲੀ ਆਜ਼ਾਦੀ ਜਿਹੜੀ ਆ ਉਹਦਾ ਮਾਣ ਪ੍ਰਾਪਤ ਹੋ ਰਿਹਾ ਹੈਗਾ। ਬਿਲਕੁਲ ਸਾਰੀਆਂ ਪੋਲਿਸੀ ਲੈ ਕੇ ਆਵਾਂਗੇ, ਜਿੰਨੇ ਡਿਪਾਰਟਮੈਂਟ ਮੇਰੇ ਕੋਲ ਨੇ ਉਹ ਸਾਰੀਆਂ ਪੋਲਿਸੀਆਂ ਬਿਲਕੁਲ ਬੜੀ ਜਲਦੀ ਜਨਤਾ ਦੇ ਵਿੱਚ ਰੱਖਾਂਗੇ, ਸਾਰੀਆਂ ਪੋਲਿਸੀਆਂ 'ਤੇ ਕੰਮ ਕਰਾਂਗੇ ਔਰ ਜਿੰਨੀਆਂ ਗਰੰਟੀਆਂ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਨੇ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤੀਆਂ ਨੇਗੀਆਂ ਉਹ 100% ਪੂਰੀਆਂ ਕਰਾਂਗੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਅੱਜ ਅਨੁਪੂਰਕ ਮੰਗਾਂ ਦਾ 3 ਮਹੀਨੇ ਲਈ ਜਿਹੜਾ ਹੈਗਾ ਐਸਟੀਮੇਟ ਪੇਸ਼ ਕੀਤਾ ਹੈਗਾ ਅਤੇ 3 ਮਹੀਨੇ ਦਾ ਕੰਮ ਕਾਜ 3 ਮਹੀਨੇ ਦੇ ਖਰਚੇ ਕਿਵੇਂ ਚੱਲਣਗੇ ਉੱਧਰ ਹੀ ਅਸੀਂ ਪੇਸ਼ ਕਰਕੇ ਆਏਗੇ, ਵੋਟਾਂ ਨੂੰ ਕਾਊਂਟ ਹੋਇਆਗਾ। ਸੋ ਸਾਰੀ ਵਿਧਾਨ ਸਭਾ ਨੇ ਸਰਬਸੰਮਤੀ ਦੇ ਨਾਲ ਪਾਸ ਕੀਤਾ ਹੈਗਾ ਔਰ 3 ਮਹੀਨਿਆਂ ਬਾਅਦ ਪੰਜਾਬ ਦਾ ਬਜਟ ਜਿਹੜਾ ਹੈਗਾ ਰੈਗੂਲਰ ਬਜਟ ਜਿਹੜਾ ਹੈਗਾ ਉਹ ਪੇਸ਼ ਕਰਾਂਗੇ ਔਰ ਜਿੰਨੀਆਂ ਗਰੰਟੀਆਂ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਨੇ ਔਰ ਪੰਜਾਬ ਦੇ ਪ੍ਰਧਾਨ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤੀਆਂ ਨੇਗੀਆਂ, ਆਮ ਆਦਮੀ ਪਾਰਟੀ ਦਿੱਤੀਆਂ ਨੇਗੀਆਂ, ਉਹਨਾਂ ਸਾਰੀਆਂ ਗਰੰਟੀਆਂ 'ਤੇ ਅਸੀਂ 100% ਕੰਮ ਕਰਾਂਗੇ। ਅਤੇ ਦੇਖਦੇ ਹੋ ਕਿ ਕਿਉਂਕਿ ਉਮੂਮਨ ਤੌਰ 'ਤੇ ਕਿਹਾ ਜਾਂਦਾ ਕਿ ਜਾਂਦੀ ਸਰਕਾਰ ਖਾਸਾ ਬੋਝ ਦੇ ਜਾਂਦੀ ਹੈ, ਚਲੋ ਹਾਲਾਂਕਿ ਹਜੇ ਤਾਂ ਤੁਸੀਂ ਸਮਝਣ ਨੂੰ ਥੋੜ੍ਹੇ ਜਿਹੇ ਦਿਨ ਲੱਗਣਗੇ ਹੋਰ, ਪਰ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਸਭ 'ਚ ਪਿਆ ਹੋਣਾ ਕਿਉਂਕਿ ਬਜਟ ਪੇਸ਼ ਕਰਿਆ ਹੀ ਆ ਤੁਸੀਂ ਇੱਕ ਛੋਟਾ ਜਿਹਾ ਹੀ, ਅਤੇ ਲੱਗਿਆ ਕਿ ਇਹ ਸਰਕਾਰ ਕਰਕੇ ਗਈ ਹੈ ਜਾਂ ਨਹੀਂ ਕਰਕੇ ਗਈ? ਦੇਖੋ ਮੇਰੀ ਮੀਟਿੰਗ ਜਿਹੜੀ ਹੈਗੀ ਆ ਉਹ ਸ਼ਾਮ ਨੂੰ ਸਾਰੇ ਆਫਿਸਰ ਸਾਹਿਬਾਨ ਦੇ ਨਾਲ ਹੋਣੀ ਆ ਔਰ ਉਸ ਬਾਅਦ ਸਾਰੇ ਅੰਕੜੇ ਦੇਖਾਂਗੇ ਕੀ ਉਹਦੇ ਵਿੱਚ ਹੋਇਆ ਗਾ ਕੀ ਨਹੀਂ ਹੋਇਆ, ਉਹ ਤੋਂ ਬਾਅਦ ਬਰੀਫ ਕਰਾਂਗੇ। ਪਰ ਲੇਕਿਨ ਅੱਜ ਮੈਂ ਸਮੂਹ ਪੰਜਾਬੀਆਂ ਨੂੰ ਸਮੂਹ ਪੰਜਾਬ ਦੇ ਲੋਕਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਗਾ ਕਿ ਜਿੰਨੇ ਮੈਂਡੇਟ ਦੇ ਨਾਲ ਜਿੰਨੇ ਭਾਰੀ ਬਹੁਮਤ ਦੇ ਨਾਲ ਸਾਨੂੰ ਚੁਣ ਕੇ ਭੇਜਿਆ ਸੀਗਾ, ਅਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀਆਂ ਜਿਹੜੀ ਪ੍ਰਤਿਮਾ ਉਹਨਾਂ ਦੀਆਂ ਮੂਰਤੀਆਂ ਨੇਗੀਆਂ ਬੁੱਤ ਨੇਗੇ ਉਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਨਾਊਂਸ ਕੀਤਾ ਗਾ ਲਾਵਾਂਗੇ ਔਰ ਸਾਡੀ ਸੋਚ ਜਿਹੜੀ ਆ ਉਹਨਾਂ ਨੂੰ ਸਮਰਪਿਤ ਆ, ਸ਼ਹੀਦ ਆਜ਼ਮ ਭਗਤ ਸਿੰਘ ਨੂੰ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੂੰ, ਉਹਨਾਂ ਦੀ ਜਿਹੜੀ ਮੂਰਤੀਆਂ ਨੇਗੀਆਂ ਉਹ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਲੱਗਣਗੀਆਂ। ਸੋ ਮੈਂ ਸਮਝਦਾ ਅੱਜ ਪੰਜਾਬ ਦੇ ਲੋਕਾਂ ਨੂੰ ਅਸਲੀ ਆਜ਼ਾਦੀ ਦਾ ਜਿਹੜਾ ਹੈਗਾ ਅਸਲੀ ਆਜ਼ਾਦੀ ਜਿਹੜੀ ਆ ਉਹਦਾ ਮਾਣ ਪ੍ਰਾਪਤ ਹੋ ਰਿਹਾ। ਬਿਲਕੁਲ ਸਾਰੀਆਂ ਪੋਲਿਸੀ ਲੈ ਕੇ ਆਵਾਂਗੇ, ਜਿੰਨੇ ਡਿਪਾਰਟਮੈਂਟ ਮੇਰੇ ਕੋਲ ਨੇ ਉਹ ਸਾਰੀਆਂ ਪੋਲਿਸੀਆਂ ਬਿਲਕੁਲ ਬੜੀ ਜਲਦੀ ਜਨਤਾ ਦੇ ਵਿੱਚ ਰੱਖਾਂਗੇ, ਸਾਰੀਆਂ ਪੋਲਿਸੀਆਂ 'ਤੇ ਕੰਮ ਕਰਾਂਗੇ ਔਰ ਜਿੰਨੀਆਂ ਗਰੰਟੀਆਂ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਨੇ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤੀਆਂ ਨੇਗੀਆਂ ਉਹ 100% ਪੂਰੀਆਂ ਕਰਾਂਗੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ ਟੀਵੀ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ 'ਤੇ ਕਲਿੱਕ ਕਰੋ।